ਸਾਰੀ ਸੰਗਤ ਵਿੱਚ ਪੂਰਾ ਇਹ ਜਿਹੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿ ਸੰਗਤ ਬੂਟਿਆਂ ਨੂੰ ਪਾਲਣ ਲਈ, ਇੱਥੋਂ ਪ੍ਰਸ਼ਾਦ ਪ੍ਰਾਪਤ ਕਰਨ ਲਈ ਬਹੁਤ ਤਤਪਰ ਆ ਅਤੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਹੈ ਅਤੇ ਇੱਕ ਇੱਕ ਪਰਿਵਾਰ ਨੂੰ ਇੱਕ ਇੱਕ ਬੂਟਾ ਦਿੱਤਾ ਜਾ ਰਿਹਾ। ਇਹ ਸਾਰੇ ਇਨਡੋਰ ਪਲਾਂਟਸ ਨੇ ਅਤੇ ਹਰੇਕ ਪਰਿਵਾਰ ਨੂੰ ਨਾਲ ਬੇਨਤੀ ਕੀਤੀ ਜਾ ਰਹੀ ਕਿ ਜਿੱਥੇ ਇੱਕ ਬੂਟਾ ਪ੍ਰਸ਼ਾਦ ਦੇ ਵਜੋਂ ਲੈ ਕੇ ਜਾਣਾ, ਦੂਜਾ ਰੁੱਖ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਮੌਨਸੂਨ ਦੇ ਵੇਲੇ ਆਪ ਵੀ ਹਰੇਕ ਪਰਿਵਾਰ ਲਾਵੇ, ਚਾਹੇ ਆਪਣੇ ਘਰ ਦੇ ਵਿੱਚ, ਚਾਹੇ ਪਿੰਡ 'ਚ ਜਾਂ ਗਲੀ ਦੇ ਵਿੱਚ ਕਿਤੇ ਵੀ ਲਾਵੇ। ਆਪਣੇ ਆਲੇ ਦੁਆਲੇ ਸਾਫ਼ ਸੁਥਰਾ ਰੱਖਣ ਨਾਲੇ ਹਰਿਆਲੀ ਲਿਆਉਣ। ਆਪਣਾ ਇੱਕ ਬੂਟਾ ਅਸੀਂ ਦੇ ਰਹੇ ਹਾਂ, ਤੁਸੀਂ 10 ਬੂਟੇ ਉਹ ਲਗਾਓ। ਬਿਲਕੁਲ, ਸਾਰੇ ਪਿੰਡ ਦੇ ਸੰਯੋਗ ਨਾਲ ਅਸੀਂ ਵੱਧ ਤੋਂ ਵੱਧ ਬੂਟੇ ਦੇਵਾਂਗੇ ਅਤੇ ਜਿੰਨੇ ਵੀ ਵੀਰਾਂ ਨੇ ਬੂਟੇ ਲੈ ਕੇ ਜਾਣੇ ਆ ਉਹ ਵੱਧ ਤੋਂ ਵੱਧ ਬੂਟੇ ਲਾਉਣ ਅਤੇ ਉਹਨਾਂ ਨੂੰ ਸਾਂਭ ਪਾਉਣ ਕਰਨ, ਅਤੇ ਆਪਾਂ ਜੇ ਰੁੱਖ ਲਾਵਾਂਗੇ ਵੱਧ ਤੋਂ ਵੱਧ ਤਾਂ ਉਨਾ ਹੀ ਮਾਨਸੂਨ ਆਊਗਾ ਆਪਣੇ ਪੰਜਾਬ 'ਚ, ਵੱਧ ਤੋਂ ਵੱਧ ਵਰਖਾ ਹੋਊਗੀ, ਆਪਣਾ ਵਾਤਾਵਰਨ ਠੀਕ ਰਹੂਗਾ। ਇਸ ਲਈ ਆਪਾਂ ਰਿਕੁਐਸਟ ਕਰਦੇ ਹਾਂ ਵੀ ਵੱਧ ਤੋਂ ਵੱਧ ਬੂਟੇ ਲੱਗਣ ਪੰਜਾਬ। ਪਰ ਹੌਲੀ ਹੌਲੀ ਨਵੀਂ ਪੀੜ੍ਹੀ ਨੂੰ ਜਾਗਰੂਕਤਾ ਹੋਣੀ ਚਾਹੀਦੀ ਆ, ਕਿਉਂਕਿ ਜਿੰਨੀ ਜਾਗਰੂਕਤਾ ਹੋਊਗੀ ਓਨਾ ਹੀ ਆਪਣੇ ਲਈ ਫਾਇਦਾ ਹੋਊਗਾ, ਓਨਾ ਹੀ ਅੱਗੇ ਤੋਂ ਆਪਣਾ ਵਾਤਾਵਰਨ ਵੀ ਵਧੀਆ ਰਹੇਗਾ, ਓਨਾ ਪੋਲਿਊਸ਼ਨ ਘਟੂਗਾ ਅਤੇ ਓਨਾ ਹੀ ਆਪਣੇ ਸਿਹਤ ਲਈ ਵੀ ਵਧੀਆ ਹੋਏ। ਇਹ ਕੁੱਲ ਵੀਰ ਜੀ 1100 ਬੂਟਾ ਲਿਆਂਦਾ ਗਿਆ ਸਜਾਵਟੀ, ਇਸ ਲਈ ਕਿ ਵਾਤਾਵਰਨ ਇਸ ਟਾਈਮ ਜੋ ਹੈਗਾ ਵਾ ਅੰਦਰ ਜੋ ਬੂਟੇ ਆਪਣੇ ਚੱਲ ਸਕਣ ਉਹਨਾਂ ਦੇ ਅਨੁਕੂਲ ਹੈਗਾ। ਜੇ ਬਾਹਰ ਆਪਾਂ ਬੂਟਾ ਲਾਵਾਂਗੇ ਅਤੇ ਉਹ ਆਪਣੀ ਜੋ ਗਰਮੀ ਤਪਸ ਹੈਗੀ ਆ ਉਹਦੇ ਵਿੱਚ ਬੂਟਾ ਸੜ ਜਾਵੇਗਾ। ਫਰਜ਼ ਹੈ ਕਿ ਅਸੀਂ ਵਾਤਾਵਰਨ ਨੂੰ ਸਾਫ਼ ਸੁਥਰਾ ਕਰੀਏ ਅਤੇ ਆਪਣੇ ਜੀਵਨ ਨੂੰ ਉਸ ਵਾਤਾਵਰਨ ਦੇ ਅਨੁਕੂਲ ਚਲਾਈਏ। ਇਹ ਰਸਤਾ ਕਿ ਇੱਕ ਬੂਟੇ ਨਾਲ ਇੱਕ ਬੂਟਾ ਆਪ ਲਾਓ, ਇੱਕ ਨਵੀਂ ਪਹਿਲ ਦੇ ਨਾਲ 10 ਬੂਟੇ ਆਪ ਲਗਾਓ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਸੰਗਤ ਵਾਲੇ ਦੇਖ ਰਹੇ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।